ਤੋਂ ਪਹਿਲਾਂ ਅਸੀਂ ਸਾਨੂੰ ਜਿਹੜਾ ਸਾਡੇ ਡੀ ਸੀ ਐਕਸਾਈਜ਼ ਰਾਜਪਾਲ ਜੀ, ਏ ਟੀ ਸੀ ਸਾਡੇ ਪਵਨਜੀਤ ਸਰ ਅਤੇ ਈ ਟੀ ਓ ਤਨਵਰ ਜੀ ਦੇ ਨਿਸ਼ਾ ਦੇਸ਼ਾਂ ਅਨੁਸਾਰ ਅਸੀਂ ਸਾਨੂੰ ਇੱਕ ਅਨ ਬੰਦੇ ਕੋਲ ਪਤਾ ਲੱਗਾ ਕਿ ਇੱਥੇ ਪਿੰਡ ਦੇ ਵਿੱਚ ਬਹੁਤ ਹੀ ਵੱਡੀ ਮਾਤਰਾ ਵਿੱਚ ਸ਼ਰਾਬ ਪਈ ਹੋਈ ਹੈ ਅਤੇ ਤੁਸੀਂ ਹੁਣੇ ਉੱਥੇ ਕਰ ਦਿਓ ਅਤੇ ਹੋਏਗਾ। ਉਸ 'ਚ ਸਾਡੇ ਨਾਲ ਐੱਸ ਐੱਚ ਓ ਸਦਰ ਜੀ, ਅਮਨਦੀਪ ਜੀ ਵੀ ਨਾਲ ਸਾਡੇ ਨਾਲ ਹੀ, ਅਸੀਂ ਇਕੱਠੇ ਇੱਥੇ ਰੇਡ ਕੀਤੀ। ਪਹਿਲਾਂ ਅਸੀਂ ਇੱਕ ਕੁਲਵੰਤ ਸਿੰਘ ਬੱਗਾ ਉਹਦੇ ਘਰ ਰੇਡ ਕੀਤਾ। ਉਹਦੇ ਘਰੋਂ ਸਾਨੂੰ 100 ਕੇ ਜੀ ਲਾਨ, 20 ਲੀਟਰ ਇਲੀਸਿਟ ਲੀਕਰ, ਸ਼ਕਾਲਾ ਪਤੀਲਾ ਉਹ ਹੋਇਆ। ਉਸ ਤੋਂ ਬਾਅਦ ਜਿਹੜਾ ਸਾਨੂੰ ਜੋ ਵੀ ਸਾਡਾ ਮੁਕਬਰ ਸੀ ਉਹ ਕਹਿ ਰਹੇ ਸੀ ਤੂੰ ਛੱਪੜ ਦੇ ਲਾਗੇ ਲਾਗੇ ਵੀ ਜਿਹੜੀ ਹੈ ਉੱਥੇ ਵੀ ਕਾਫੀ ਮਾਤਰਾ ਵਿੱਚ ਉਹਨਾਂ ਨੇ ਡਰੰਪ ਆਏ ਹੋਏ। ਅਤੇ ਜਦੋਂ ਇੱਥੇ ਆ ਕੇ ਅਸੀਂ ਛੱਪੜ ਦੇ ਆ ਕੇ ਚੈਕਿੰਗ ਕੀਤੀ ਤਾਂ ਸਾਨੂੰ ਘੱਟੋ ਘੱਟ ਇੱਥੇ ਡਰੰਮਾਂ ਦੇ ਵਿੱਚ ਜੋ ਲਾਨ ਸੀ ਉਹ ਘੱਟੋ ਘੱਟ 1500 ਕਿਲੋ ਦੇ ਕਰੀਬ ਹੈਗੀ ਸੀ। ਤਕਰੀਬਨ 1500 ਕਿਲੋ ਲਾਨ। ਫਿਰ ਉਹਦਾ ਉਸ 'ਤੇ ਅਨਕਲੇਮਡ ਜਗ੍ਹਾ ਸੀ, ਛੱਪੜ ਸੀ, ਤਾਂ ਉਹਨੂੰ ਔਨ ਦੀ ਸਪੋਟ ਹੀ ਉੱਥੇ ਡਿਸਟਰੋਏ ਕਰ ਦਿੱਤਾ। ਹਾਂ, ਸਪੈਸ਼ਲ ਜਾਣਕਾਰੀ ਦੇ ਕਰਕੇ, ਕਿਉਂਕਿ ਆਪਣੇ ਜਿਹੜੇ ਨਾਲ ਐੱਸ ਐੱਚ ਓ ਸੀ ਇਹਨਾਂ ਨੂੰ ਵੀ ਆਏ ਸੀ, ਐੱਸ ਐੱਸ ਪੀ ਸਾਹਿਬ ਜੀ ਵੱਲੋਂ ਵੀ ਇਹਨਾਂ ਨੂੰ ਹੋਇਆ ਸੀ, ਉਸ ਕਰਕੇ ਆਪਾਂ ਇਕੱਠੇ ਟੀਮ ਨੇ ਕਰਕੇ ਦੇ ਸਾਰਾ। ਫਿਲਹਾਲ ਹੁਣ ਕੀ ਕਾਰਵਾਈ? ਹੁਣ ਇੱਕ ਬੰਦੇ ਨੂੰ ਜਿਹਨੂੰ ਅਸੀਂ ਫੜਿਆ ਅਲਾਇਸ ਬੱਗਾ ਨੂੰ, ਉਹਦਾ ਅੰਡਰ ਪ੍ਰੋਸੈਸ ਹੈ ਐੱਫ ਆਈ ਆਰ। ਹੁਣ ਇਹਨਾਂ ਆਪਾਂ ਬੰਦਾ ਫੜ ਲਿਆ ਉੱਤੇ, ਹੁਣ ਜਿਸ ਤਰ੍ਹਾਂ ਐਕਸਾਈਜ਼ ਹੈ ਉਸੇ ਬੰਦੇ ਦੀ ਹੈ ਜੀ? ਨਹੀਂ, ਹੁਣ ਇਸ ਤਰ੍ਹਾਂ ਨਹੀਂ, ਹੁਣ ਕਰਾਂ ਕਨਫਰਮ ਕਰਾਂਗੇ ਕਿ ਕਿਹਦੀ ਹੈ, ਕਿਸ ਦੀ ਹੈ। ਉਹ ਬਾਅਦ ਜਿਹੜਾ ਬੰਦਾ ਪਹਿਲਾਂ ਫੜਿਆ ਉਹਦੇ 'ਤੇ ਪਹਿਲਾਂ ਵੀ ਕੋਈ ਹੈਗਾ ਕੋਈ ਪਰਚਾ, ਕੋਈ ਐਕਟ ਪਰਚਾ ਪਰਚਾ? ਇਸ ਬਾਰੇ ਮੈਨੂੰ ਅਜੇ ਕੋਈ ਕਨਫਰਮ ਨਹੀਂ ਹੈ, ਅਸੀਂ ਆਪਾਂ ਥਾਣੇ ਤੋਂ ਆਪਣਾ ਦੇਖ ਕੇ ਉਸ ਬਾਰੇ ਫਿਰ ਦੱਸ ਦਾਂਗੇ ਕਿ ਉਹਦੇ 'ਚ ਆਲਰੇਡੀ ਹੈਗਾ। ਕਿਆ ਜੀ, ਐੱਸ ਐੱਸ ਪੀ ਗੁਰਦਾਸਪੁਰ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜੀ ਆ ਨਸ਼ੇ ਖਿਲਾਫ਼ ਮੁਹਿੰਮ ਚੱਲ ਰਹੀ ਹੈ ਜੀ, ਅਤੇ ਸਾਨੂੰ ਅੱਜ ਖੁਫੀਆ ਜਾਣਕਾਰੀ ਮਿਲੀ ਸੀ ਵੀ ਇੱਥੇ ਜਿਹੜੀ ਆ ਨਜਾਇਜ਼ ਸ਼ਰਾਬ ਦਾ ਕੰਮ ਚੱਲ ਰਿਹਾ ਵਾ ਮੁਰਾਦਪੁਰ ਪਿੰਡ ਦੇ ਵਿੱਚ, ਅਤੇ ਇਸ ਕਰਕੇ ਅਸੀਂ ਐਕਸਾਈਜ਼ ਵਿਭਾਗ ਦੇ ਨਾਲ ਇੱਥੇ ਰੇਡ ਕੀਤਾ, ਸਰਚ ਕੀਤਾ, ਅਤੇ ਸਰਚ ਦੌਰਾਨ ਸਾਨੂੰ ਜਿਹੜਾ ਛੱਪੜ ਦੇ ਕੋਲੋਂ ਜਿਹੜੀ ਆ ਅਨਕਲੇਮਡ ਜਿਹੜੀ ਜਗ੍ਹਾ ਇਹ, ਅਤੇ ਇੱਥੋਂ ਸਾਨੂੰ ਮਿਲੀ ਆ ਲਾਣ 1500 ਕਿਲੋ ਦੇ ਕਰੀਬ ਕਰੀਬ, ਅਤੇ 100 ਕਿਲੋ ਸਾਨੂੰ ਮਿਲੀ ਆ ਇੱਥੇ ਕੁਲਵੰਤ ਸਿੰਘ ਬੱਗਾ ਦੇ ਘਰੋਂ, ਠੀਕ ਹੈ ਜੀ, ਨਾਲ ਉਹਦੇ 20 ਲੀਟਰ ਉੱਥੋਂ ਸ਼ਰਾਬ ਮਿਲੀ ਆ, ਠੀਕ ਹੈ ਜੀ। ਉਹ 'ਤੇ ਜਿਹੜੀ ਆ ਕਾਨੂੰਨੀ ਕਾਰਵਾਈ ਆ ਪ੍ਰੋਸੈਸ ਸ਼ੁਰੂ ਕਰਤਾ ਗਿਆ ਜੀ, ਅਤੇ ਯੋਗ ਧਾਰਾਵਾਂ ਦੇ ਤਹਿਤ ਪਰਚਾ ਕਰਕੇ ਕਾਰਵਾਈ ਕੀਤੀ ਜਾਏਗੀ। ਨਸ਼ਾ ਤਸਕਰਾਂ ਨੂੰ ਕੀ ਅਪੀਲ ਹੈ ਜੀ, ਜਾਂ ਕੋਈ ਕੀ ਧਾਰਨਾ ਜੀ ਉਹਨਾਂ ਨੂੰ? ਨਸ਼ਾ ਤਸਕਰਾਂ ਨੂੰ ਸਾਡੀ ਇਹੀ ਅਪੀਲ ਹੈ ਜੀ ਵੀ ਜਿਹੜੀ ਹੁਣ ਸਾਡੀ ਸਰਕਾਰ ਆ ਉਹ ਬਹੁਤ ਇਸ ਖਿਲਾਫ਼ ਸਖ਼ਤ ਐਕਸ਼ਨ ਕਰੇਗੀ, ਅਤੇ ਪੁਲਿਸ ਨੂੰ ਜਿਹੜਾ ਵਾ ਪੂਰੀ ਆ ਇਸ ਟਾਈਮ ਕੀਤਾ ਗਿਆ ਅਲਰਟ, ਅਤੇ ਵੀ ਕੋਈ ਵੀ ਗਲਤ ਬੰਦਾ ਜਾਂ ਗਲਤ ਅਨਸਰ ਜਾਂ ਕੋਈ ਨਸ਼ਾ ਵੇਚਣ ਵਾਲਾ ਕੋਈ ਵੀ ਬਖਸ਼ਿਆ ਨਹੀਂ ਜਾਏਗਾ। ਅਤੇ ਮੇਰੀ ਸਭ ਨੂੰ ਬੇਨਤੀ ਇਹੀ ਆ ਵੀ ਇਹ ਮਾੜੇ ਕੰਮ ਛੱਡੇ ਜਾਣ ਅਤੇ ਇੱਕ ਵਧੀਆ ਸਮਾਜ ਦੀ ਜਿਹੜੀ ਸਿਰਜਣਾ ਕੀਤੀ ਜਾਵੇ। ਅਕਸਰ ਸਰ ਇਹ ਦੇਖਿਆ ਜਾਂਦਾ ਕਿ ਜਦੋਂ ਕੋਈ ਵੀ ਬੰਦਾ ਕੋਈ ਇਹਨਾਂ ਨਸ਼ਾ ਤਸਕਰਾਂ ਦੇ ਬਾਰੇ ਜਾਂ ਕੋਈ ਸ਼ਰਾਬ ਨਜਾਇਜ਼ ਕੰਮ ਕਰਦਾ ਜਿਹੜਾ ਉਹਦੇ ਬਾਰੇ ਕੋਈ ਜਾਣਕਾਰੀ ਦਿੰਦਾ, ਅਤੇ ਉਹ ਤਕਰੀਬਨ ਡਰਦਾ ਰਹਿੰਦਾ ਕਿ ਉਹਨੂੰ ਵਿੱਚ ਜਿਹੜਾ ਰੱਖਿਆ ਜਾਂਦਾ ਉਹਦਾ ਨਾਂ ਜਿਹੜਾ ਉਹ ਸਾਹਮਣੇ ਸ਼ੋਅ ਕਰ ਦਿੱਤਾ ਜਾਂਦਾ? ਨਹੀਂ, ਇਹ ਕਦੀ ਵੀ ਨਹੀਂ ਹੁੰਦਾ। ਜਿਹੜਾ ਤੁਹਾਡਾ ਕੋਈ ਮੁਖਬਰ ਖਾਸ ਜਾਂ ਕੋਈ ਮੁਖਬਰ ਹੁੰਦਾ ਉਹਦਾ ਕਦੀ ਵੀ ਨਾਂ ਡਿਸਕਲੋਜ਼ ਨਹੀਂ ਕੀਤਾ ਜਾਂਦਾ। ਇਹ ਲੋਕਾਂ ਜਿਵੇਂ ਗਲਤ ਇੱਕ ਧਾਰਨਾ ਜਿਹੜੀ ਅਫਵਾਹ ਲਾ ਲਓ ਜਾਂ ਕੋਈ ਗਲਤ ਮਾੜੇ ਅਨਸਰਾਂ ਨੇ ਧਾਰਨਾ ਫੈਲਾਈ ਵੀ ਸਾਨੂੰ ਪਤਾ ਲੱਗ ਜਾਂਦਾ ਜਾਂ ਇਹ ਹੋ ਜਾਂਦਾ, ਇਹੋ ਜਿਹੀ ਕੋਈ ਗੱਲ? ਆਮ ਲੋਕਾਂ ਨੂੰ ਕੀ ਅਪੀਲ ਹੈ ਜੀ? ਆਮ ਲੋਕਾਂ ਨੂੰ ਇਹ ਅਪੀਲ ਹੈ ਜੀ ਵੀ ਆਪਾਂ ਨੂੰ ਹੁਣ ਇਸ ਜਿਹੜਾ ਆਪਣੇ ਗਲੋਂ ਕੋਡ ਲਾਉਣਾ ਪੈਣਾ ਨਸ਼ੇ ਦਾ, ਅਤੇ ਹਰ ਬੰਦਾ ਸਾਡਾ ਪੁਲਿਸ ਦਾ ਸਹਿਯੋਗ ਕਰੇ, ਅਤੇ ਅਸੀਂ ਜੋ ਵੱਧ ਤੋਂ ਵੱਧ ਸਾਡੇ ਜਿਹੜੀ ਹੋਊਗੀ ਕਾਰਵਾਈ ਸਖ਼ਤ ਤੋਂ ਸਖ਼ਤ ਉਹ ਕੀਤੀ ਜਾਏਗੀ ਤਾਂ ਕਿ ਇਸ ਕੰਮ ਨੂੰ ਕੰਟਰੋਲ ਕੀਤਾ ਜਾਵੇ ਨਸ਼ੇ ਨੂੰ। ਹੁਣ ਕੀ ਸਰ ਮਾਮਲਾ ਦਰਜ ਕੀਤਾ ਗਿਆ? ਹੁਣ ਅਸੀਂ ਸਰ ਮਾਮਲਾ ਇਹ 'ਤੇ ਐੱਫ ਆਈ ਆਰ ਹੋਏਗੀ ਜੀ, ਜਿਹੜਾ ਬੰਦਾ ਫੜਿਆ ਵਾ ਇਹ ਤਾਂ ਅਨਕਲੇਮਡ ਆ, ਇਹ ਛੱਪੜ ਦੀ ਜਗ੍ਹਾ ਵਾ, ਇਸ ਕਰਕੇ ਆਪਣੇ ਐਕਸਾਈਜ਼ ਵਿਭਾਗ ਨੇ ਜਿਹੜੀ ਆ ਲਾਣ ਹੈ ਡਿਸਟਰੋਏ ਕਰਤੀ ਆ। ਹਾਂਜੀ।